ਕੀ ਆਵਾਜ਼ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਤੁਹਾਡੀ ਆਪਣੀ ਹਰਪ੍ਰੀਤ ਕੌਰ ਘੱਗਾ। ਅੱਜ ਘੱਗਾ ਦੇ ਵਿੱਚ ਰਾਤ 2 ਵਜੇ ਚੋਰੀ ਹੋਈ ਹੈ। 3 ਚੋਰ ਸੀ ਜਿਨ੍ਹਾਂ ਨੇ ਦੁਕਾਨ ਦੇ ਵਿੱਚ ਵੜ ਕੇ ਚੋਰੀ ਕੀਤੀ ਹੈ। ਤੁਹਾਨੂੰ ਸਾਰਾ ਏਰੀਆ ਅਸੀਂ ਕਵਰੇਜ ਕਰਵਾਵਾਂਗੇ। ਇਹ ਖਿੜਕੀ ਰਾਹੀਂ ਇੱਥੋਂ ਗਏ ਨੇ 3 ਚੋਰ। ਚੋਰੀ ਇਸ ਮਾਰਕੀਟ 'ਚ ਚੋਰੀ ਹੋਈ ਹੈ। ਚੋਰੀ ਹੋਣ ਕਰਕੇ ਲੋਕ ਕਾਫੀ ਪਰੇਸ਼ਾਨ ਨੇ ਕਿ ਇਹ ਦਿਨ ਬਾ ਦਿਨ ਵਾਰਦਾਤਾਂ ਵੱਧਦੀਆਂ ਜਾ ਰਹੀਆਂ ਨੇ। ਵੀ ਉਹ 3 ਚੋਰ ਸੀ ਆਹ ਬਾਥਰੂਮ ਦੀ ਖਿੜਕੀ ਰਾਹੀਂ ਅੰਦਰ ਆਏ ਨੇ ਅਤੇ ਇੱਧਰੋਂ ਐਂਟਰੀ ਕੀਤੀ ਇਹਨਾਂ ਨੇ। ਆਹ ਬੈਗ ਦੇ ਵਿੱਚੋਂ 50 ਲੱਖ ਰੁਪਏ ਕੈਸ਼ ਚੋਰੀ ਕੀਤਾ। ਤੁਹਾਨੂੰ ਵਿਖਾਉਂਦੇ ਹਾਂ ਅਸੀਂ ਅੰਦਰ। ਲੋਕਰ ਵੀ ਖੁੱਲ੍ਹੇ ਨੇ, ਇਹ ਦੇਖ ਸਕਦੇ ਹੋ ਤੁਸੀਂ। 30 ਲੱਖ ਰੁਪਇਆ ਕੈਸ਼ ਚੋਰੀ ਕੀਤਾ ਗਿਆ ਇੱਥੋਂ। ਕੀ ਨਾਂ ਹੈ ਜੀ ਆਪਣਾ ਸਰ? ਮੇਰਾ ਨਾਮ ਸੰਜੀਵ ਕੁਮਾਰ ਹੈ ਜੀ। ਮੇਰਾ ਨਾਮ ਸੰਜੀਵ ਕੁਮਾਰ ਹੈ ਜੀ। ਮੈਂ ਇੱਥੇ ਘੱਗੇ ਦਾ ਵਾਸੀ ਹਾਂ। ਕੀ ਘਟਨਾ ਜਿਹੜੀ ਹੋਈ ਹੈ, ਕਿਵੇਂ ਹੋਈ, ਰਾਤ ਕਿੰਨੇ ਵਜੇ ਘਟਨਾ? ਰਾਤ 2:15 ਵਜੇ 3 ਬੰਦੇ ਆਏ ਨੇ ਜੀ। ਕਿੰਨੇ ਬੰਦੇ ਸੀ? 3 ਬੰਦੇ ਸੀਗੇ ਜੀ। ਕੀ ਹਥਿਆਰ ਸੀ ਉਹਨਾਂ ਕੋਲੇ? ਕੋਈ ਇਸ ਤਰ੍ਹਾਂ ਦੇ ਹੈਗੇ ਸੀਗੇ ਜੀ ਹਥਿਆਰ? ਕਿਵੇਂ ਮੂੰਹ ਟਕੇ ਹੋਏ ਸੀ ਜਿਹਨਾਂ ਨੇ? ਮੂੰਹ ਟਕੇ ਹੋਏ ਸੀਗੇ। ਕੀ ਕੀਤਾ ਉਹਨਾਂ ਨੇ? ਸਾਈਡ ਡਿਟੇਲ ਦੱਸ ਦਿਓ ਬਸ। ਕੀ ਸਾਰੇ ਆਹ ਸਾਰ ਉਹਨਾਂ ਨੇ ਮੇਰਾ ਮੂੰਹ ਘੁੱਟਿਆ, ਦੱਬਿਆ ਵੀ ਸ਼ੋਰ ਨਾ ਪਾਵੇ, ਅਤੇ ਉਸ ਤੋਂ ਬਾਅਦ ਮੇਰੇ ਤੋਂ ਪੈਸੇ ਡਿਮਾਂਡ ਕੀਤੀ। ਕਿੰਨੇ ਪੈਸੇ ਦੀ ਮੰਗ ਕੀਤੀ ਸਰ? 50 ਲੱਖ ਰੁਪਏ ਡਿਮਾਂਡ ਕੀਤੀ ਜੀ। ਕਿਵੇਂ ਪੈਸਾ ਤੁਹਾਡੇ ਕੋਲ ਘਰ 'ਚ ਪਿਆ ਸੀਗਾ? ਮੇਰੇ ਦੇ ਵਿੱਚ ਜੀ 30 ਲੱਖ ਰੁਪਇਆ ਪਿਆ ਸੀ, ਮੇਰਾ 30 ਲੱਖ ਲੈ ਗਏ। ਠੀਕ ਹੈ ਜੀ। ਕਿਵੇਂ ਉਹ ਪੈਸਾ ਵੀ ਤੁਸੀਂ ਇਕੱਠਾ ਕਰਕੇ ਰੱਖਿਆ ਹੋਇਆ ਸੀ? ਇਕੱਠਾ ਸੇਵਿੰਗ ਕਰਦਾ ਜੀ, ਜਿਵੇਂ ਹੁਣ ਬੱਚੇ ਕਰਕੇ ਕੁਛ ਵਿਆਜ ਤੇ ਲਿੱਤੇ ਹੋਏ ਸੀ ਲੋਕਾਂ ਨੂੰ। ਕੀ ਦਿੱਕਤ ਸੀ ਜੀ ਬੱਚੇ ਨੂੰ? ਉਹਦਾ ਐਕਸੀਡੈਂਟ ਹੋ ਗਿਆ ਸੀਗਾ ਜੀ, 1 ਸਾਲ 2 ਮਹੀਨੇ ਹੋ ਗਏ। ਇੱਕ ਸਾਲ 2 ਦਿਨ ਕਿੱਥੇ ਦਾਖਲ ਸੀ ਉਹ? ਪਹਿਲਾਂ ਹੁਣ ਤਾਂ ਜੀ ਚੰਡੀਗੜ੍ਹ ਦਾਖਲ ਸੀ। ਕਿਤੇ ਤੁਹਾਡੀ ਯੋਜਨਾ ਸੀ ਵੀ ਉੱਥੇ ਕੋਈ ਬੱਚੇ ਨੂੰ ਹੋਰ ਬੱਚੇ ਲਿਜਾ? ਵੀ ਉੱਥੇ ਸਾਨੂੰ ਐਂ ਲੱਗਦਾ ਸੀ ਵੀ ਚੰਡੀਗੜ੍ਹ ਵੀ ਸ਼ਾਇਦ ਜਵਾਬ ਦੇਣਗੇ, ਤਾਂ ਅਸੀਂ ਦਿੱਲੀ ਲੈ ਕੇ ਦੇ ਲਈ। ਉਹਦੇ ਕਰਕੇ ਪੈਸੇ ਰੱਖੇ ਸੀ? ਉਹਦੇ ਕਰਕੇ ਇਕੱਠੇ ਕਰੇ ਤੁਸੀਂ? ਸੇਵਿੰਗ ਕੀਤੀ ਹੋਈ ਸੀ। ਤੇ ਜਾਂਦੇ ਕੁਛ ਗੱਲਬਾਤ ਹੋਈ ਤੁਹਾਡੀ? ਐਂਟਰ ਕਿਵੇਂ ਹੋਏ ਤੁਹਾਡੇ ਘਰ? ਐਂਟਰ ਮੇਰੇ ਇੱਧਰ ਬਾਥਰੂਮ ਵਿੱਚ ਦੀ ਹੋਏ ਨੇ ਜੀ। ਤੇ ਖੜਕਾ ਹੋਇਆ ਤਾਂ ਮੈਂ ਬਾਥਰੂਮ ਦੀ ਵਿੰਡੋ ਖੋਲ੍ਹੀ ਅਤੇ ਉਹਦੇ ਵਿੱਚੋਂ 3 ਬੰਦੇ ਸੀ, 3 ਵਾਲੇ ਮੈਨੂੰ ਦੱਬ ਲਿਆ। ਹੱਥੋਂ ਪਾਈ ਵੀ ਕੀਤੀ ਤੁਹਾਡੇ ਨਾਲ ਜਿਹਨਾਂ ਨੇ? 2-3 ਮਾਰੇ ਨੇ ਢੂੰਝ ਥੱਪੜ। ਅੱਛਾ, ਹੱਥੋਂ ਪਾਈ ਜ਼ਿਆਦਾ ਨਹੀਂ ਕੀਤੀ, ਪਰ ਮੇਰਾ ਮੂੰਹ ਸਿਰ ਬਹੁਤ ਘੁੱਟਿਆ ਉਹਨਾਂ ਨੇ। ਹਥਿਆਰ ਕੀ ਸੀ ਉਹਨਾਂ ਕੋਲ? ਹਥਿਆਰ ਪਤਾ ਨਹੀਂ ਕੀ ਸੀ ਜੀ। ਅੱਛਾ, ਹੈਗੇ ਸੀ ਹਥਿਆਰ ਪਰ ਉਹਨਾਂ ਨੂੰ। ਠੀਕ ਹੈ। ਉਸ ਤੋਂ ਬਾਅਦ ਤੁਸੀਂ ਕੋਈ ਰੌਲਾ ਵਗੈਰਾ ਪਾ ਕੀ ਪਾਇਆ ਜਾਂ ਕੀ ਹੋਇਆ? ਰੌਲਾ ਮੈਨੂੰ ਪਾਣੀ ਨਹੀਂ ਦਿੱਤਾ ਜੀ। ਅੱਛਾ, 3 ਜਣੇ ਸੀ ਉਹਨਾਂ ਨੇ ਦੱਬ ਲਿਆ, ਜੋ ਕੁਛ ਹੈਗਾ ਕਹਿੰਦੇ 50 ਲੱਖ ਰੁਪਏ ਸਾਨੂੰ ਗਨਾਹ ਕਹਿੰਦੇ। 50 ਲੱਖ ਗਨਾਹ ਕਹਿੰਦੇ। ਜਦੋਂ ਮੇਰੀ ਕੋਈ ਬਾਣੀ ਚੱਲੀ ਤਾਂ ਮੇਰੀ ਗੋਦਰੇਜ ਦੀ ਅਲਮਾਰੀ ਵਿੱਚੋਂ ਬੈਗ 30 ਲੱਖ ਰੁਪਇਆ ਪਿਆ। ਮੰਗ ਕੀ ਹੈਗੀ? ਮੰਗ ਤਾਂ ਜੀ ਮੈਨੂੰ ਮੇਰੇ ਪੈਸੇ ਵਾਪਸ ਮਿਲਣੇ ਚਾਹੀਦੇ ਨੇ। ਕਾਰਵਾਈ ਹੋਣੀ ਚਾਹੀਦੀ? ਕਾਰਵਾਈ ਹੋਣੀ। ਮੋਬਾਈਲ ਵੀ ਲੈ ਗਏ ਤੁਹਾਡੇ? ਮੋਬਾਈਲ ਵਗੈਰਾ? ਮੇਰੀ ਵਾਈਫ ਦਾ ਮੋਬਾਈਲ ਲੈ ਗਏ ਨੇ ਜੀ। ਵਿਵਹਾਰ ਕੌਣ ਸੀ ਆਪਣੇ ਜਿਹੜਾ ਜਿਹਦਾ? ਮੇਰਾ ਭਤੀਜਾ ਸੀ ਜੀ। ਕੀ ਲਾਇਆ? ਹੈ ਜੀ, ਦਾ ਕੀ ਨਾਮ? ਰਵੀ ਕੁਮਾਰ ਹੈ ਜੀ ਉਹ। ਅੱਛਾ, ਕਾਫੀ ਟਾਈਮ ਤੋਂ ਬਿਮਾਰ ਨੇ? 1 ਸਾਲ ਤੋਂ। ਠੀਕ ਹੈ ਜੀ। ਬਹੁਤ ਮੈਮ, ਸਾਡੇ ਸੁੱਤੇ ਪਏ ਸੀ ਅਸੀਂ, ਸਾਨੂੰ ਇਹ ਲੱਗਿਆ ਜਿਵੇਂ ਕਿਸੇ ਨੇ ਪੱਥਰ ਮਾਰਿਆ ਹੁੰਦਾ ਦਰਵਾਜ਼ੇ 'ਤੇ। ਮੈਂ ਆਪਣੇ ਹਸਬੈਂਡ ਨੂੰ ਕਿਹਾ ਕਿਸੇ ਨੇ ਮਤਲਬ ਜਿਵੇਂ ਪੱਥਰ ਮਾਰਿਆ। ਇਹ ਕਹਿੰਦੇ ਮੈਂ ਉੱਠਦਾ, ਇੱਕੋਦਮ ਉੱਠੇ ਇਹਨਾਂ ਨੇ ਵੈਸੇ ਬਾਥਰੂਮ ਦਾ ਦਰਵਾਜ਼ਾ ਆਪਣੇ ਆਪ ਖੋਲ੍ਹਿਆ। ਸੋ ਉਹਦੇ ਵਿੱਚੋਂ ਪਹਿਲਾਂ ਇੱਕ ਬੰਦੇ ਨੇ ਇਹਨਾਂ ਨੂੰ ਮੇਰੇ ਖਿਆਲ ਘੇਰਤਾ। ਮੈਂ ਕਿਹਾ ਕਿਤੇ ਬਾਂਦਰ ਹੈ, ਮੈਂ ਕਿਹਾ ਕੀ ਗੱਲ ਹੋ ਗਈ ਬਾਂਦਰ ਹੈ? ਇਹ ਕਹਿੰਦੇ ਇਹਨਾਂ ਚਿੱਕਾਂ ਵੀ ਮਾਰੀਆਂ।
ਪਹਿਲਾਂ ਇੱਕ ਆਇਆ, ਉਸ ਤੋਂ ਬਾਅਦ ਦੂਜਾ ਆਇਆ, ਉਹਨੂੰ ਦੇਖ ਕੇ ਮੈਂ ਵੀ ਚਿੱਕਾਂ ਮਾਰਨ ਲੱਗ ਗਈ ਕਿ ਜੇ ਮੈਂ ਸ਼ੋਰ ਮਚਾਊਂਗੀ ਕੋਈ ਨਾਲੋ, ਕੋਈ ਪੜੋਸੀ ਉੱਠੂਗਾ। ਬਟ ਦਰਵਾਜ਼ੇ ਸਾਰੇ ਪਾਸੋਂ ਬੰਦ ਸੀ, ਕੋਈ ਦਰਵਾਜ਼ਾ ਕਿਸੇ ਨੇ ਸੁਣਿਆ ਨਹੀਂ। ਫਿਰ ਤੀਜਾ ਵੀ ਆ ਗਿਆ, ਉਹਨਾਂ ਨੇ ਪਿਸਟਲ ਕੱਢ ਲਈ। ਠੀਕ ਹੈ, ਨਹੀਂ ਮੇਰੇ ਨਾਲ ਤਾਂ ਨਹੀਂ ਹੋਈ ਹੈਗੀ, ਤੁਹਾਡੇ ਸੱਟ ਵੀ ਲੱਗੀ ਹੋਈ ਹੈ ਨਾ? ਮੇਰੇ ਸੱਟ ਤਾਂ ਲੱਗੀ ਹੈ, ਇਹ ਮੈਨੂੰ ਨਾ ਐਕਚੁਅਲੀ ਇਹਨਾਂ ਨਾਲ ਹੀ ਹੱਥਾ ਪਈ ਹੋਈ ਹੈ। ਗੱਲ ਤਾਂ ਕਿਤੋਂ ਸੀ ਆਈ ਡੀ ਉਹਨਾਂ ਦੇ ਕੋਈ ਬੰਦਾ ਮਗਰ ਲੱਗ ਰਿਹਾ ਸੀ ਕੋਈ, ਵੀ ਇਹਨਾਂ ਦੇ ਬੇਟਾ ਬਿਮਾਰ ਹੈ, ਪੈਸੇ ਇਕੱਠੇ ਕਰ ਰਹੇ ਹੈ।